फायर ब्रिगेड दीयां गड्डियां मौके ते पहुंच गईयां अते करीब 2.5 घंटे दी मुशक्कत तो बाद अग ते काबू पाया गया। इस दौरान 3 लोगों नूं भी अग दीयां लपटां चों बचाया गया। प्राप्त जानकारी अनुसार बीती रात करीब 11 बजे अमृतसर दे कोट रोड ते स्थित पुन्नू इंटरनेशनल च अचानक अग लग गई। फायर ब्रिगेड नूं तुरंत बुलाया गया पर फायर ब्रिगेड दीयां गड्डियां दे पहुंचण तों पहला ही अद्धे तों वध होटल च अग दी लपेट च आ गया सी। बहुत ज्यादा लक्कड़ दे कम अते जलनशील समग्री कारण अग तेजी नाल फैल गई। अग दी लपेट च आ के 3 लोग अंदर फस गए जिन्हां नूं फायर ब्रिगेड दे कर्मचारियों ने बाहर कढ लिया। करीब 8 गड्डियां ने अग ते काबू पाया। फायर ब्रिगेड अधिकारी ने दसिया कि अग दे कारणां दा पता हजे तक नहीं लग रहा है। ਜਦੋਂ ਸਾਨੂੰ ਪਤਾ ਲੱਗਿਆ ਵੀ ਇੱਥੇ ਇੱਕ ਸਾਡੇ ਲਾਗੇ ਪੁੰਨੂ ਇੰਟਰਨੈਸ਼ਨਲ ਹੈ ਜਿਹਦੇ ਵਿੱਚ ਅੱਗ ਲੱਗ ਗਈ ਹੈ, ਜਿਹਦੇ 'ਚ ਅਸੀਂ ਫੌਰਨ ਤੌਰ 'ਤੇ ਆ ਕੇ ਅਤੇ ਫਾਇਰ ਬ੍ਰਿਗੇਡ ਨੂੰ ਇਨਫੋਰਮ ਕੀਤਾ ਅਤੇ ਗੱਡੀਆਂ ਮੰਗਵਾਈਆਂ ਜੀ। ਸਰ ਕਿੰਨੇ ਕੁ ਜ਼ਿਆਦਾ ਅੱਗ ਹੈ ਜੀ ਇੱਥੇ? ਅੱਗ ਤਾਂ ਕਾਫੀ ਜ਼ਿਆਦਾ ਜੀ, ਹੁਣ ਤੱਕ 4-5 ਗੱਡੀਆਂ ਜਿਹੜੀਆਂ ਪਾਣੀ 'ਤੇ ਲੱਗ ਚੁੱਕੀਆਂ, ਬਾਕੀ ਹੋਰ ਅਰੇਂਜਮੈਂਟ ਕਰ ਰਹੇ। ਸਰ ਗੱਡੀ ਨੂੰ ਵੀ ਅੱਗ ਲੱਗੀ ਹੈ ਜੀ ਕੋਈ? ਨਹੀਂ, ਗੱਡੀ ਇੱਕ ਹੈਗੀ ਪਰ ਨੋਰਮਲ ਹੈ, ਪਰ ਜ਼ਿਆਦਾ ਨਹੀਂ ਉਹਦਾ ਨੁਕਸਾਨ ਨਹੀਂ। ਜਾਨੀ ਫਿਲਹਾਲ ਹੁਣ ਤੱਕ ਦੀ ਇਨਫੋਰਮੇਸ਼ਨ ਤੱਕ ਕੋਈ ਇੱਦਾਂ ਦੀ ਸਾਡੇ ਨੋਟਿਸ 'ਚ ਨਹੀਂ ਆਇਆ ਜੀ। ਸਰ ਅੱਗ ਦਾ ਕਾਰਨ ਕੀ ਰਿਹਾ? ਜਿਹੜਾ ਇਹਨਾਂ ਨਾਲ ਗੱਲ ਕੀਤੀ ਗਈ ਇਹਨਾਂ ਦੇ ਮਾਲਕ ਨਾਲ, ਉਹ ਕਹਿੰਦੇ ਸ਼ੋਰਟ ਸਰਕਟ ਹੈ ਜੀ ਸਰ। ਹੋਟਲ ਬੰਦ ਸੀ? ਨਹੀਂ, ਹੋਟਲ ਤਾਂ ਮਤਲਬ ਚਾਲੂ ਹਾਲਤ 'ਚ, ਪਰ ਇੰਨੇ ਜ਼ਿਆਦਾ ਇੱਥੇ ਕੋਈ ਜ਼ਿਆਦਾ ਠਹਿਰਾਉਂਦੇ ਨਹੀਂ। ਨਹੀਂ ਜੀ, ਫੰਕਸ਼ਨ ਵਗੈਰਾ ਕੋਈ ਨਹੀਂ ਆ ਜਾਏਗਾ ਜੀ ਇੱਥੇ। ਕਿੰਨੀ ਕੁ ਜ਼ਿਆਦਾ ਅੱਗ ਹੈ ਜੀ ਸਰ ਹੁਣ? ਅੱਗ ਤਾਂ ਕਾਫੀ ਜ਼ਿਆਦਾ ਜੀ। ਕਿੰਨਾ ਟਾਈਮ ਹੋ ਗਿਆ ਅੱਗ ਬੁਝਾਉਣ ਨੂੰ? ਅੱਗ ਨੂੰ ਘੱਟੋ ਘੱਟ ਜੀ ਜਦੋਂ ਅੱਧਾ ਪੌਣਾ ਘੰਟਾ ਪੈਂਟ ਹੋ ਗਿਆ।